सच्चियाकाल जी, फैक्ट न्यूज़ देख रहे हो तुसी, मैं हां तुहाड़े नाल निधि वर्मा। वड्डी वारदात नूं दिन दहाड़े अंजाम दित्ता गया। पटियाला दे विच वेख्या गया एक बुजुर्ग दंपति दे घर दे विच जा के उन्हां दे नाल कुटमार कीती जांदी है, बेरहमी दे नाल कुटमार कीती जांदी उन्हां दे नाल, ते नाल ही नाल इस सारी घटना सीसीटीवी दे विच भी कैद हो जांदी है। दस दईए पटियाला दे विच उस वेले बेहद ही दहशत दा माहौल फैल जांदा है जदों एक बुजुर्ग दंपति दे अंदर घर दे अंदर जाके उन्हां दे नाल कुटमार कीती जांदी है। तेज धार हथियारां दे नाल उन्हां नूं नुकसान पहुंचाया जांदा है ते उस तों बाद उन्हां दी हालत काफी गंभीर हो जांदी है। इस दे बाबत असीं पूरी जानकारी लवांगे ते इस दे नाल पूरी जानकारी सांझा करन लई साडे नाल साडे सहयोगी केशव जी मौजूद ने, उन्हां नाल असीं गल्लबात कर लैंदे हां। केशव जी, आखिर पूरा मामला की है? बुजुर्ग जोड़े दे नाल कुटमार कीती गई है, पूरा मामला की है केशव जी? ਪੂਰਾ ਮਾਮਲਾ ਇਹ ਹੈ ਜੀ, ਜਦੋਂ ਬੀਤੀ 10 ਤਰੀਕ ਨੂੰ ਰਾਤੀ 2 ਵਜੇ ਇੱਕ ਬਜ਼ੁਰਗ ਜੋੜਾ ਰਹਿੰਦਾ ਉਹਦੇ ਘਰ ਦੇ ਵਿੱਚ, ਕੋਈ ਇੱਕ ਦੋ ਦੋਸਤ ਆਉਂਦੇ ਤੇ ਉਹ ਆ ਗਏ ਵੀ ਤਾਂ ਆਉਂਦੇ ਸਰ ਕਿਰਪਾਨ ਤੇ ਲਾੜ ਨਾਲ ਇਹ ਬਜ਼ੁਰਗ ਜੋੜੇ ਦੇ ਅੰਨਾ ਹਮਲਾ ਕਰਦੇ ਰਹਿੰਦੇ ਆ। ਉਸ ਤੋਂ ਬਾਅਦ ਜਿਹੜਾ ਕਾਰਨ ਆ ਜੋੜੇ ਨੇ ਕਿਹਾ ਵੀ ਆਪਣਾ ਪੀੜਿਤ ਜੋੜੇ ਨੇ ਦੱਸਿਆ ਵੀ ਸਾਡੀ ਜਿਹੜੀ ਪ੍ਰੋਪਰਟੀ ਆ ਇਹ ਸਰ ਕੋਈ ਹੋਰ ਕਬਜ਼ਾ ਕਰਨਾ ਚਾਹੁੰਦਾ ਸੀ, ਪਹਿਲਾਂ ਕੰਪਲੇਂਟ ਵੀ ਕਰਾ ਚੁੱਕੀ, ਪੁਲਿਸ ਨੇ ਕੋਈ ਰਿਕਾਰਡ ਨਹੀਂ, ਪੁਲਿਸ ਨੇ ਕੋਈ ਐਕਸ਼ਨ ਨਹੀਂ, ਤੁਹਾਡਾ ਕੇਸ ਕੋਰਟ 'ਚ ਚੱਲ ਰਿਹਾ ਸਰ। ਇਹਦੇ ਦੂਸਰੀ ਵਾਰ ਹਮਲਾ ਕੀਤਾ ਗਿਆ ਜਿਹੜੀ ਸੀਸੀਟੀਵੀ ਫੁਟੇਜ ਤੁਹਾਨੂੰ ਸਾਹਮਣੇ ਆਈ ਹੈ ਜੀ। ਤੇ ਹੁਣ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਇਸ ਨੂੰ ਲੈ ਕੇ, ਜਦੋਂ ਸਾਰੇ ਮਾਮਲੇ ਨੂੰ ਲੈ ਕੇ? ਜਿਹੜੇ ਪੁਲਿਸ ਦੇ ਕਾਰਵਾਈ, ਜਿਹੜੇ ਪੁਲਿਸ ਦੇ ਡੀਐਸਪੀ ਆ ਉਹਨਾਂ ਵੀ ਕਹਿੰਦਾ ਜੋ ਵੀ ਸਾਡੇ ਮੁਲਾਜ਼ਮ ਬਿਆਨ ਲੈਣਗੇ, ਜੋ ਬਿਆਨ ਜੋ ਵੀ ਕਾਰਵਾਈ ਹੋਊਗੀ ਜੋ ਵੀ ਦੋਸ਼ੀ ਸਾਹਮਣੇ ਉਹਨੂੰ ਬਖਸ਼ਿਆ ਨਹੀਂ ਜਾਊਗਾ। ਧੰਨਵਾਦ ਸਾਡੇ ਨਾਲ ਜਾਣਕਾਰੀ ਸਾਂਝਾ ਕਰਨ ਲਈ। ਤਾਂ ਸਾਡੇ ਨਾਲ ਸਾਡੇ ਸਹਿਯੋਗੀ ਪੱਤਰਕਾਰ ਜਿਹੜੇ ਨੇ ਪਟਿਆਲਾ ਤੋਂ ਜੁੜੇ ਹੋਏ ਸੀ, ਜਿਨ੍ਹਾਂ ਦੇ ਵੱਲੋਂ ਜਾਣਕਾਰੀ ਸਾਂਝਾ ਕੀਤੀ ਗਈ ਹੈ। ਤੇ ਦੱਸ ਦਈਏ ਮਾਮਲਾ ਉਹੀ ਪ੍ਰਾਪਰਟੀ ਦਾ, ਪ੍ਰਾਪਰਟੀ ਦੇ ਚੱਕਰ ਦੇ ਵਿੱਚ ਬਜ਼ੁਰਗ ਦੰਪਤੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ, ਬੇਹੱਦ ਜ਼ਬਰਦਸਤ ਕੁੱਟਮਾਰ ਇਹ ਕੀਤੀ ਗਈ, ਜਿਸ ਤੋਂ ਬਾਅਦ ਪੁਲਿਸ ਐਕਸ਼ਨ ਮੋਡ ਦੇ ਵਿੱਚ ਦਿਖਾਈ ਦਿੱਤੀ ਹੈ ਤੇ ਸੀਸੀਟੀਵੀ ਤਸਵੀਰਾਂ ਵੀ ਬੇਹੱਦ ਹੈਰਾਨ ਕਰ ਦੇਣ ਵਾਲੀਆਂ ਨੇ ਕਿ ਜੋ ਲੋਕ ਅੰਦਰ ਵੜਦੇ ਨੇ ਤੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਤੇ ਇਸ ਦੇ ਬਾਬਤ ਗੱਲਬਾਤ ਕਰਦੇ ਹਾਂ ਬਜ਼ੁਰਗ ਜੋੜੇ ਨੇ ਵੀ ਕੀ ਕਿਹਾ, ਉਹ ਤੁਹਾਨੂੰ ਇੱਕ ਵਾਰ ਇਹ ਵੀ ਸੁਣਾ ਦਿੰਦੇ ਹਾਂ। ਔਰ ਮੇਰਾ ਨਾਮ ਪ੍ਰੇਮ ਚੰਦ ਹੈ, ਬਾਪ ਦਾ ਨਾਮ ਜੋਤੀ ਰਾਮ ਹੈ, ਵਾਸੀ 16/70 ਏਕਤਾ ਨਗਰ ਕਲੋਨੀ। ਮਾਮਲਾ ਕੀ ਹੈ, ਜਿਹੜਾ ਜ਼ਖਮੀ ਹੋਇਓ, ਮਾਮਲਾ ਕੀ ਹੈ? ਮਾਮਲਾ ਇਹ ਹੈ ਜੀ, ਇਹ ਮਤਲਬ ਜਿਹੜਾ ਸੰਜੇ ਕੁਮਾਰ ਹੈ, ਜਿਸਨੇ ਹਮਾਰੀ ਮਾਰਕੀਟ ਕੀਤੀ, ਇਹਨੇ ਸੁਪਾਰੀ ਲੈ ਕੇ ਹਮਾਰੇ ਕੋ ਮਾਰਨ ਕੀ ਮਤਲਬ ਪੂਰੀ ਪਲੈਨਿੰਗ ਕੇ ਸਾਥ ਕਾਮ ਕਰਾ ਗਿਆ ਹੈ। 9 ਤਾਰੀਖ ਕੋ ਹਮਾਰੇ ਕੈਮਰੇ ਤੋੜੇ ਗਏ ਪਹਿਲੇ ਇੱਕ ਦਿਨ ਰਾਤ ਕੋ, ਔਰ ਦਿਨ ਮੇ 10 ਤਾਰੀਖ ਕੋ 1-1.5 ਵਜੇ ਕੇ ਕਰੀਬ ਇਹ ਗਵਾਂਡੀਆ ਕੀ ਪੌੜੀ ਲਗਾ ਕੇ ਮਕਾਨ ਕੇ ਉੱਪਰ ਹਮਾਰੀ ਛੱਤ ਪੇ ਐਂਟਰ ਹੋਇਆ, ਵਹਾਂ ਕੇ ਨੈੱਟ ਕੀ ਤਾਰ ਕੱਟੀ ਵਾਈਫਾਈ ਕੀ, ਉਸਕੇ ਬਾਅਦ ਪੌੜੀਓ ਕਾ ਜੋ ਦਰਵਾਜ਼ਾ ਹੈ ਉੱਪਰ ਉਸਕੋ ਤੋੜਿਆ, ਤੋੜਨੇ ਕੇ ਬਾਅਦ ਉਸਕੋ ਦਰਵਾਜ਼ੇ ਕੋ ਤੋੜਨੇ ਕੇ ਬਾਅਦ ਫਿਰ ਇੱਕ ਹੋਰ ਦਰਵਾਜ਼ਾ ਹੈ ਨੀਚੇ ਹਮਾਰੇ ਬੇੜੇ ਮੈਂ ਅੰਦਰ ਐਂਟਰ ਕਰਨੇ ਕਾ, ਉਹ ਵੀ ਤੋੜਿਆ ਗਿਆ। ਤੋੜਨੇ ਕੇ ਬਾਅਦ ਇਸਨੇ ਪਹਿਲੇ ਛੋਟੇ ਕਮਰੇ ਜਾ ਕੇ ਕੈਮਰਾ, ਇੱਕ ਕੈਮਰਾ ਗੇਲੀ ਕਾ ਉਹ ਤੋੜ ਦਿਆ ਗਿਆ, ਜੋ ਸੀਸੀਟੀਵੀ ਫੁਟੇਜ ਮੈਂ ਆ ਰਿਹਾ ਹੈ। ਉਸਕੇ ਬਾਅਦ ਇਸਨੇ ਪਹਿਲੇ ਕਿਰਪਾਨ ਨਾਲ ਹਮਲਾ ਕਰਿਆ, ਜੋ ਜਿਸਮ ਮੇਰੀ ਘਰਵਾਲੀ ਕੇ ਦੋਨੋਂ ਹੱਥ ਕੱਟੇ ਗਏ, ਜ਼ਖਮੀ ਹੋ ਗਈ, ਮੈਂ ਵੀ ਜ਼ਖਮੀ ਹੋ ਗਿਆ, ਮੇਰੀ ਵੀ ਤਲਵਾਰ ਲੱਗੀ ਹੋਈ ਆ। ਉਸਕੇ ਬਾਅਦ ਉਹ ਤਲਵਾਰ ਮੁਸ ਗਈ, ਉਸਕੇ ਬਾਅਦ ਇਸਨੇ ਰੋਡ ਲੈ ਲਈ, ਰੋਡ ਲੈ ਕੇ 2 ਹਥਿਆਰੀਆਂ ਲੈ ਕੇ ਆਇਆ ਸੀਗਾ, ਔਰ ਇਸਨੇ ਫਿਰ ਰੋਡ ਨਾਲ ਸਾਨੂੰ ਸਰਿਆਂ ਵਿਹੜੇ ਦੇ ਵਿੱਚ ਕੁੱਟਿਆ, ਔਰ ਕੁੱਟ ਕੇ ਸਾਡੇ ਤਾਂ ਬਲਾਈਂਡ ਪੇਪਰ ਅੰਦਰ ਸਾਈਨ ਕਰਾਏ, ਰੱਸੀ ਇਹ ਸਾਥ ਮੈਂ ਲੈ ਰਿਹਾ ਤਾ ਵੀ ਮੈਂ ਇੱਕ ਮਤਲਬ ਸਾਈਨ ਕਰਵਾ ਕੇ ਕੋਰੇ ਕਾਗਜ਼ੋ ਕੇ, ਇੱਕ ਬੰਦਾ ਬਾਹਰ ਖੜਾ ਤਾ ਜਿਹਦਾ ਨਾਮ ਹੈਗਾ ਹਰਿੰਦਰ ਕੁਮਾਰ, ਜਿਸਕਾ ਪਹਿਲੇ ਹੀ ਸਾਡੇ ਨਾਲ 4 ਬੰਦਿਆਂ ਨਾਲ ਕੋਰਟ ਕੇਸ ਚੱਲਿਆ ਹੈ ਪ੍ਰੋਪਰਟੀ ਦਾ ਡਿਸਪੂਟ ਦਾ, ਉਹ ਮੇਰੇ ਕੋਲ ਤਰੀਕ ਪੇ ਨਹੀਂ ਜਾਣਾ ਚਾਹੁੰਦੇ। ਉਹਨ ਚਾਰੋਂ ਬੰਦੋਂ ਨੇ ਜਿਹੜੇ ਸਾਡੇ ਕੋਰਟ ਮੇ ਕੇਸ ਚੱਲਦੇ ਹੈ, ਚਾਰੋਂ ਬੰਦੋਂ ਨੇ ਇਸ ਬੰਦੇ ਨੂੰ ਹਾਇਰ ਕਰਿਆ, ਕਿਉਂਕਿ ਇਹਦੇ ਨਾਲ ਮੇਰੀ ਜਾਣ ਪਛਾਣ ਸੀ, ਮੇਰਾ ਭੇਤੀ ਸੀਗਾ, ਇਹਨੇ ਪੈਸੇ ਲੈ ਕੇ ਮੇਰੇ ਮਰਨ ਦੀ ਪਲੈਨਿੰਗ ਕਰੀ ਹੈ, ਔਰ ਬਾਹਰ ਪਹਿਲੇ ਗੇਟ ਨੂੰ ਜੰਦਰਾ ਲਾਇਆ ਗਿਆ ਹੈ, ਔਰ ਜੰਦਰਾ ਲਾ ਕੇ ਪੌੜੀ ਦਾ ਇਸਤੇਮਾਲ ਕਰਕੇ ਅੰਦਰ ਐਂਟਰ ਹੋਇਆ ਹੈ। ਤੁਸੀਂ ਜਿਹਦਾ ਨਾਮ ਲੈ ਰਹੇ ਹੋ, ਬੰਦਾ ਕੌਣ ਹੈ, ਸਖਤ ਕੌਣ ਹੈ ਜਿਹੜਾ ਹਮਲਾ ਤੁਹਾਡੇ ਉੱਤੇ ਕਰਵਾ ਰਿਹਾ? ਮੇਰੇ ਕੋਲ ਮਤਲਬ 4 ਆਦਮੀ ਹੈ ਜਿਹੜੇ ਹਮਲਾ ਕਰਨ ਵਾਲੇ ਹੈ। ਇੱਕ ਤੋਂ ਸੁਸ਼ੀਲ ਓਝਾ, ਸੁਸ਼ੀਲ ਓਝਾ ਜਿਹਦਾ ਸਿਵਲ ਸੂਟ ਚੱਲਿਆ ਜੀ ਮੇਰਾ, ਇੱਕ ਹੈਗਾ ਮਤਲਬ ਜੋ ਹੈ FIR ਨੰਬਰ 211 94 ਨੰਬਰ ਔਰ 96 ਨੰਬਰ, ਜਿਨਕੇ ਸਟੇਟ ਪ੍ਰੇਮ ਚੰਦ ਕੇ ਨਾਮ ਸੇ ਪਹਿਲੇ ਹੀ ਮੇਰੇ ਉੱਪਰ ਪਰਚੇ ਦਰਜ ਹੋਏ ਹੋਏ ਹੈ, ਉਹ ਮੇਰੇ ਕੋਲ ਕੋਰਟ ਮੇਂ ਨਹੀਂ ਜਾਣੇ ਦਿੱਤੇ,
कोर्ट में मेरे बयान होए हुए, मैं समझौते होए हुए, आधी आधी पेमेंट मैंने दे रखी, आधी मैं देने के लिए जब बयान करके वहाँ पे आया, उसके बाद मेरे को कोर्ट में जाने से रोका गया। लड़ाई का कारण क्या है? कारण ये है कि मेरी सारी प्रॉपर्टी वो अपने नाम करना चाहते हैं। कौन है वो शख्स? कौन है ये मतलब ये चार बंदे ये हैं और एक ये संजय है। आपका रिलेटिव है कोई? हो नहीं, मेरा रिलेटिव। अच्छा, आपका जानता नहीं? उसकी जमीन भी आपके घर के पास में लगती है? नहीं, कोई जमीन नहीं जी उसकी। बस हड़पना चाहते हैं? हड़पना चाहते हैं। आप क्या काम करते हो? मेरा प्रॉपर्टी का ही काम है जी, और मेरे को ये मतलब सारे मारने की कोशिश करके मेरा जितना भी कारोबार है अपने नाम कराना चाहते हैं, क्योंकि हम मियाँ बीबी यहाँ रहते हैं। मेरे एक बेटी है जो कि बाहर रहती है, मेरा दामाद है वो भी बाहर रहता है। हम जब बुजुर्ग मियाँ बीबी अपने घर पे अकेले रहते हैं। पहला भी आपके ऊपर में हमले हुए हैं? हाँ, पहले मेरे पास एक हमला हुआ आज 28 मार्च को जो हमला हुआ है वो हुआ विनोद फोटो स्टूडियो हैगा पुराने बस अड्डे के पास में, उसकी दुकान के ऊपर हमला हुआ। ये दो बंदे, ये हरिंदर और संजय सिगा उस टाइम वहाँ पे, इन्होंने और एक फौजी था इनके साथ, इसकी दुकान पे बैठ गया संजय कुमार की, वो इन्होंने मेरे को रस्सी से बांध के गाड़ी में डाल के ले जाने के लिए, वहाँ भीड़ इकट्ठी हो गई थी। उसके बाद मैं मतलब जो है ना वर्धमान हॉस्पिटल में गया, वहाँ से मेरे को 5 दिन का बेड रेस्ट लिया है, उधर मेरे को मेडिकल बनाया हुआ है। उसके बाद फिर ये वारदात हो गई। आपने कंप्लेंट दी थी जो पहली बार? नहीं, मैं कंप्लेंट दे नहीं पाया मैं, उसके बाद ये दूसरी वारदात होगी। ये कब की घटना है ये वाली? ये 10 तारीख की घटना है, 9 तारीख को सीसीटीवी कैमरे शाम को बंद करे गए हैं, और जो कैमरे तोड़े हैं वो संजय कुमार ने तोड़े हैं, और इसमें एक मेरा गवांडी जरा मेरी इनपुट दे रहा है संजय को, इन पार्टियों को, पांचों बंदों को, वो है मुरारी लाल शर्मा मेरा गवांडी, जिसके मकान के ऊपर को पोड़ी लगा के। हमले की बात करें, कितने लोग आए थे आपके घर में हमला करने? हमला करने के लिए 4 लोग आए थे। हथियार लेकर आए थे? हथियार लेके आए थे, मारू हथियार से तलवार रोड, जिसमें ये दो बंदे तो बाहर खड़े थे गेट के बाहर, दो बंदे छत पे चढ़े हैं, एक छत के ऊपर रहा और एक बार संजय कुमार अंदर। कैसे की कार्रवाई की मांग करते हो अभी? मेरी जान को खतरा है, मुझे मार देंगे ये, मारेंगे मेरे को, पक्का मारेंगे मुझे। ये चाहिए अभी तक आपके बयान होंगे? अभी बयान कर रहे हैं जी, लेकिन जो मैं नाम देना चाह रहा हूँ वो नाम नहीं दिए जा रहे हैं। क्यों, कारण क्या है? पता नहीं, वैसे नहीं इतना लंबा बयान नहीं होता, तो मैं मतलब जो नाम जिनके जो मेरे असली मुजलम है, जिस कारण से मेरे को मारना चाहते हैं, वो मैं उनके नाम देना चाहता हूँ, चाहे मैं जिंदा रहा चाहे मारा, मेरे पर दोबारा फिर हमला होएगा। यहाँ अस्पताल में भी मेरे पे कंप्रोमाइज का प्रेशर डाला जा रहा है, वो बंदे भी मैं सामने कर दूंगा जो मेरे को समझौता करने के लिए प्रेशर बनाने के लिए आए, उनके फोटोज भी, हर चीज़ का मेरे पास प्रूफ है। दो लोग मियाँ भी जख्मी हो आप? मियाँ भी जख्मी है जी। ठीक है जी।